ਕਿਧਰੇ ਚਲਾ ਗਿਆ ਸੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ। ਤੁਹਾਡੇ ਆਪਣੇ ਲਾਲਾ ਜੀ ਯਾਸਰ ਭੱਟੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਨੇ ਅਤੇ ਉਮੀਦ ਕਰਨਾ ਵਾਂ ਕਿ ਅੱਲਾਹ ਦੇ ਫਜ਼ਲੋ ਕਰਮ ਦੇ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਤੇ ਅੱਲਾਹ ਪਾਕ ਤੁਹਾਡੇ ਉੱਤੇ ਆਪਣੀਆਂ ਕਰੋੜਾਂ ਰਹਿਮਤਾਂ ਕਰਨ, ਤੁਹਾਡੀਆਂ ਜਾਇਜ਼ ਖਵਾਹਿਸ਼ਾਂ ਅੱਲਾਹ ਦੀ ਜ਼ਾਤ ਪੂਰੀਆਂ ਕਰੇ। ਖੁਸ਼ ਰਹੋ ਅਤੇ ਆਬਾਦ ਰਹੋ। ਅੱਜ ਦਾ ਵਿਲਾਗ ਕਰਦੇ ਹਾਂ ਸ਼ੁਰੂ। ਅੱਜ ਗੱਲ ਕੁਛ ਸੁਣਾਉਣੀ ਸੀ ਆਪਣੇ ਬੱਚਿਆਂ ਨੂੰ। ਇਹ ਜਿਹੜੇ ਬੱਚੇ ਨੇ ਸਾਡੇ, ਹੁਣ ਦੇ ਸਾਡਾ ਆਉਣ ਵਾਲਾ ਮੁਸਤਕਬਿਲ, ਸਾਡਾ ਆਉਣ ਵਾਲਾ ਅੱਛਾ ਵਕਤ ਉਹਨਾਂ ਦੀ। ਅੱਜ ਮੈਨੂੰ ਇਤਫਾਕ ਹੋਇਆ ਇੱਕ ਜੂਸ ਵਾਲੀ ਦੁਕਾਨ ਤੇ ਜਾਣ ਦਾ। ਮੈਂ ਵੀ ਜੂਸ ਦਾ ਆਰਡਰ ਦਿੱਤਾ ਤੇ ਆਪਣੇ ਜੂਸ ਦੇ ਆਰਡਰ ਦੇ ਇੰਤਜ਼ਾਰ ਵਿੱਚ ਮੈਂ ਉੱਥੇ ਬੈਠ ਗਿਆ। ਉਹਨਾਂ ਮੇਰੇ ਨਾਲ ਵਾਲੀ ਟੇਬਲ ਦੇ ਉੱਤੇ ਦੋ ਦੋਸਤ ਬੈਠੇ ਸਨ, ਜਿਹੜੇ ਉਹਨਾਂ ਨਾਲ ਮੈਂ ਦੇਖਿਆ, ਮੈਨੂੰ ਵੀ ਆਪਣਾ ਜਵਾਨੀ ਦਾ ਜ਼ਮਾਨਾ ਯਾਦ ਆ ਗਿਆ। ਮੈਂ ਯਾਰ ਕਦੀ ਅਸੀਂ ਵੀ ਇਸ ਤਰ੍ਹਾਂ ਜਵਾਨ ਸਨ। ਉਹ ਗੁਫ਼ਤਗੂ ਕਰ ਰਹੇ ਸਨ ਤੇ ਉਹਨਾਂ ਦੀ ਗੁਫ਼ਤਗੂ ਵੱਲ ਮੇਰੀ ਤਵੱਜੋ ਮਬਜ਼ੂਲ ਹੋਈ ਤੇ ਮੈਂ ਕੀ ਗੱਲ ਕਰ ਰਹੇ ਨੇ। ਉਹਨੂੰ ਇੱਕ ਬੱਚਾ ਦੂਸਰੇ ਦੋਸਤ ਨੂੰ ਕਹਿ ਰਿਹਾ ਸੀ, ਯਾਰ ਮੈਂ ਪਾਪਾ ਨੂੰ ਕਿਹਾ ਕਿ ਮੈਂ ਜਿਹੜਾ ਇਹ ਯਾਮਾ 125 ਆਇਆ ਮੈਂ ਲੈਣਾ। ਦੂਸਰਾ ਦੋਸਤ ਕਹਿੰਦਾ, ਉਹਨੇ ਯਾਰ ਉਹ ਬੜਾ ਮਹਿੰਗਾ ਤੇ ਤੇਰੇ ਪਾਪਾ ਤੈਨੂੰ ਨਹੀਂ ਲੈ ਕੇ ਦੇਣਦੇ। ਉਹਨੇ ਯਾਰ ਮੈਂ ਪਾਪਾ ਨੂੰ ਕਾਇਲ ਕਰ ਲਾਂਗਾ, ਮੇਰੇ ਪਾਪਾ ਮੈਨੇਜ ਕਰ ਲੈਣਦੇ, ਮੈਂ ਲੈ ਲਾਂਗਾ, ਕੋਈ ਨਹੀਂ ਮਸਲਾ ਹੈ। ਅਜੀਬ ਜਿਹੇ ਉਹਨਾਂ ਦੇ ਸਟਾਈਲ ਸਨ। ਜੂਸ ਦਾ ਇੱਕ ਇੱਕ ਸਿਪ ਲੈ ਰਹੇ ਸਨ, ਨਾਲ ਸਿਗਰਟ ਉਹਨਾਂ ਦੇ ਹੱਥ ਵਿੱਚ ਸੀ। ਉਮਰ ਬੜੀ ਹੋਈ ਉਹਨਾਂ ਦੀ ਤੇ ਬਾ ਮੁਸ਼ਕਲ 15-16 ਸਾਲ ਜਾਂ 17 ਸਾਲ ਹੋਵੇ ਦੀ। ਤੇ ਮੈਂ ਉਹਨਾਂ ਦੀ ਇਹ ਗੁਫ਼ਤਗੂ ਸੁਣੀ ਤੇ ਮੈਂ ਆਪਣੀ ਆਦਤ ਤੋਂ ਮਜਬੂਰ ਮੈਂ ਰਹਿ ਨਹੀਂ ਸਕਿਆ। ਮੈਂ ਉਹਨਾਂ ਨੂੰ ਕਿਹਾ, ਬੇਟਾ ਜੀ ਕੀ ਹਾਲ ਚਾਲ? ਉਹਨਾਂ ਹੈ, ਅੰਕਲ ਠੀਕ ਆ। ਮੈਂ ਹੈ, ਜੇ ਤੁਸੀਂ ਅਗਰ ਬੁਰਾ ਨਾ ਮਨਾਓ ਤੇ ਮੈਂ ਤੁਹਾਡੀ ਟੇਬਲ ਤੇ ਆ ਕੇ ਬੈਠ ਜਾਊ। ਉਹਨਾਂ ਅੰਕਲ ਆ ਜਾਓ। ਮੈਂ ਬੈਠਾ। ਮੈਂ ਹੈ, ਮੇਰਾ ਪੁੱਤਰ ਕਿ ਮੈਂ ਤੁਹਾਡੀ ਗੁਫ਼ਤਗੂ ਸੁਣ ਰਿਹਾ ਸਾਂ ਤੇ ਬੁਰਾ ਨਾ ਮਨਾਓ ਤੇ ਮੈਂ ਤੁਹਾਨੂੰ ਕੋਈ ਗੱਲ ਸਮਝਾਵਾਂ। ਉਹਨਾਂ ਆਖਿਆ, ਕਿਸੇ ਅੱਛੇ ਘਰ ਦੇ ਸਨ, ਬਾਅਦਬ ਸਨ। ਉਹਨਾਂ ਹੈ, ਅੰਕਲ ਦੱਸੋ। ਮੈਂ ਕਿਹਾ, ਯਾਰ ਮੈਂ ਤੁਹਾਡੀ ਗੱਲ ਸੁਣੀ ਹੈ, ਤੁਸੀਂ ਤਾਂ ਕਹਿੰਦੇ ਸੋ ਕਿ ਮੇਰੇ ਪਾਪਾ ਲੈ ਦੇਣ ਦੇ ਮੋਟਰਸਾਈਕਲ ਮੈਨੇਜ ਕਰ ਲੈਣ ਦੇ। ਮੈਂ ਕਿਹਾ, ਯਾਰ ਕਿ ਤੇਰਾ ਬਾਪ, ਤੂੰ ਉਹਦੀ ਔਲਾਦ ਹੈ, ਉਹ ਮੈਨੇਜ ਤੇ ਕਰ ਲਏਦਾ। ਕਦੀ ਪੁੱਤਰ ਇਹ ਸੋਚਿਆ ਕਿ ਬਾਪ ਮੈਨੇਜ ਕਿਸ ਤਰ੍ਹਾਂ ਕਰੇਗਾ? ਨਹੀਂ, ਬੇਸ਼ੱਕ ਮਾਂ ਬਾਪ ਦੀ ਹਰ ਚੀਜ਼ ਆਪਣੀ ਔਲਾਦ ਵਾਸਤੇ ਹੀ ਹੁੰਦੀ ਹੈ। ਬਾਕੀ ਔਲਾਦ ਨੂੰ ਵੀ ਚਾਹੀਦਾ ਕਿ ਆਪਣੇ ਮਾਂ ਬਾਪ ਨੂੰ ਇੰਨਾ ਕੁ ਮਜਬੂਰ ਜਾਂ ਇੰਨਾ ਕੁ ਫੋਰਸ ਨਾ ਕਰ ਦੇਣ ਕਿ ਉਹ ਔਲਾਦ ਦੇ ਹੱਥੋਂ ਮਜਬੂਰ ਹੋ ਜਾਣ। ਸ਼ਾਇਦ ਉਹ ਬੰਦਾ ਕਿਸ ਆਲਮ 'ਚ ਹੋਵੇ, ਘਰ ਤੂੰ ਪੁੱਤਰ ਭੰਡੀ ਖਰਾਬੀ ਕਰੇ ਦਾ, ਮਜਬੂਰ ਕਰੇ ਦਾ, ਮੈਂ ਜੇ ਕਰ ਲਾਂਦਾ, ਮੈਂ ਉਂਝ ਕਰ ਲਾਂਦਾ, ਬਾਪ ਇਧਰੋਂ ਮਜਬੂਰ ਹੋਵੇ ਤੇ। ਮੈਂ ਕਿਹਾ, ਪੁੱਤਰ ਜੀ ਜੇ ਤੁਸੀਂ ਮੁਨਾਸਬ ਸਮਝੋ ਤੇ ਮੈਂ ਤੁਹਾਨੂੰ ਇੱਕ ਗੱਲ ਨਾ ਸੁਣਾਵਾਂ। ਉਹਨੇ ਕਿਹਾ, ਅੰਕਲ ਸੁਣਾਓ। ਇੰਨੀ ਦੇਰ ਵਿੱਚ ਮੇਰਾ ਵੀ ਜੂਸ ਆ ਗਿਆ। ਮੈਂ ਹੁਣ ਉਸ ਗੱਲ ਨੂੰ ਮੁਕਾਉਣ ਵਾਸਤੇ, ਉਹਨਾਂ ਨੂੰ ਸੁਣਾਉਣ ਵਾਸਤੇ, ਮੈਂ ਵੀ ਉਹਨਾਂ ਦੇ ਹਾਰ ਛੋਟੇ ਛੋਟੇ ਸਿਪ ਲੈਣ ਲੱਗ ਪਿਆ ਤਾਂ ਕਿ ਵਕਤ ਮਜ਼ੀਦ ਗੁਜ਼ਰਦਾ ਰਹੇ। ਮੈਂ ਉਹਨਾਂ ਨੂੰ ਕਿਹਾ, ਪੁੱਤਰ ਇੱਕ ਲੜਕਾ ਸੀ, ਉਹ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਬਾਪ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਕੁਝ ਬਣਾਏ ਆ ਸੀ, ਕੁਝ ਜੁੜੇ ਆ ਸੀ, ਕੁਝ ਜਮ੍ਹਾਂ ਕੀਤੇ ਆ ਸੀ। ਬੇਟਾ ਜਵਾਨ ਹੋਇਆ, ਉਹਦੇ ਸਾਰੇ ਲਾਡ ਉਹ ਵੇਖਦੇ ਰਹੇ, ਜਿਹੜੇ ਉਹ ਕਮਾਣ ਦੇ ਕਾਬਲ ਹੋਇਆ। ਉਹਨਾਂ ਆਖਿਆ, ਬੇਟਾ ਕਿ ਮੈਂ ਤੇ ਹੁਣ ਵਡੇਰਾ ਹੋ ਗਿਆ, ਮੇਰਾ ਪੁੱਤਰ ਇਹ ਖਾਧਿਆਂ ਦੇ ਖੂਹ ਵੀ ਮੁੱਕ ਜਾਣੇ ਤੇ ਤੁਸੀਂ ਕੋਈ ਮਿਹਨਤ ਕਰੋ, ਕੋਈ ਚਾਹੇ ਕਾਰੋਬਾਰ ਕਰੋ, ਚਾਹੇ ਕੁਝ ਕਰੋ ਤਾਂ ਕਿ ਸਾਡਾ ਨਿਜ਼ਾਮ ਚੱਲਦਾ ਰਹੇ। ਇਸ ਤਰ੍ਹਾਂ ਦੇ ਜੋ ਕੁਝ ਮੈਂ ਜਮ੍ਹਾਂ ਕੀਤੇ ਆ, ਮੇਰਾ ਪੁੱਤਰ ਉਹ ਹਰਚ ਹੋ ਜਾਏਗਾ, ਖਤਮ ਹੋ ਜਾਏਗਾ। ਉਹਦੇ ਬੇਟੇ ਨੇ ਕਿਹਾ, ਉਸ ਦੌਰ ਵਿੱਚ ਪਾਪਾ ਕਹਿੰਦੇ ਸਨ ਜਾਂ ਅੱਬਾ ਜੀ ਕਹਿੰਦੇ ਸਨ ਜਾਂ ਅੱਬੂ ਕਹਿੰਦੇ ਸਨ, ਜੋ ਵੀ ਉਹਨੇ ਕਿਹਾ, ਮੈਂ
ਸੁਣਨ ਵਾਲਿਆਂ ਨੂੰ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਹੈ, ਮੈਂ ਉਹਨਾਂ ਵਾਸਤੇ ਪਾਪਾ ਦਾ ਹੀ ਲਫ਼ਜ਼ ਇਸਤੇਮਾਲ ਕਰਾਂਗਾ। ਉਹਨੇ ਹੈ ਪਾਪਾ ਕੀ ਪੇ ਕਰਦੇ, ਇਹ ਸਭ ਕੁਝ ਮੇਰਾ ਹੀ ਹੈ ਨਾ, ਮੈਂ ਨਹੀਂ ਖਾਣਾ ਤੇ ਕਿਹਨੇ ਖਾਣਾ, ਮੇਰੇ ਦੋਸਤ, ਮੇਰਾ ਸਟੈਂਡਰਡ ਖਰਾਬ ਹੋਵੇ ਦਾ ਸਭ ਕੁਝ ਕਰ ਲਾਂ ਦੇ ਕੋਈ ਮਸਲਾ। ਵਾਲਦੈਨ ਸਨ, ਮਾਂ ਨੇ ਵੀ ਸਮਝਾਉਣਾ, ਬਾਪ ਨੇ ਵੀ ਸਮਝਾਉਣਾ, ਆਖਿਰਕਾਰ ਮਜਬੂਰ ਹੋ ਕੇ ਚੁੱਪ ਕਰ ਗਏ। ਉਹਨਾਂ ਕਿਹਾ ਕਿ ਇਹ ਸਾਡੀ ਗੱਲ ਨਹੀਂ ਸਮਝੇਦਾ, ਇਹ ਵਕਤ ਦੀ ਜ਼ਬਾਨ ਸਮਝੇਦਾ। ਤੇ ਵਕਤ ਕਿਸੇ ਦੀ ਵਿਰਾਸਤ ਨਹੀਂ, ਵਕਤ ਇਸ ਤਰ੍ਹਾਂ ਵੇ ਜਿਸ ਤਰ੍ਹਾਂ ਮੁੱਠੀ ਦੇ ਵਿੱਚ ਫੜੀ ਹੋਈ ਇੱਕ ਰੇਤ ਹੁੰਦੀ ਹੈ, ਉਹ ਸਿਰਕਦੀ ਜਾਂਦੀ ਹੈ ਸਿਰਕਦੀ ਜਾਂਦੀ ਹੈ, ਤੇ ਇੱਕ ਟਾਈਮ ਆਉਂਦਾ ਕਿ ਮੁੱਠੀ ਖਾਲੀ ਹੋ ਜਾਂਦੀ। ਉਹ ਪੈਸੇ ਖਰਚ ਕਰਦਾ ਰਿਹਾ, ਰੇਤ ਉਹਦੀ ਮੁੱਠੀ ਚੋਂ ਸਿਰਕਦੀ ਰਹੀ, ਸਮਝ ਨਾ ਆਈ। ਇੱਕ ਦਿਨ ਐਸਾ ਆ ਗਿਆ ਕਿ ਬਾਪ ਨੇ ਕਿਹਾ ਮੇਰਾ ਬੇਟਾ ਸਭ ਕੁਝ ਖਤਮ ਹੋ ਗਿਆ। ਉਹਨੇ ਆਖਿਆ ਅੱਬਾ ਜੀ ਖਤਮ ਹੋ ਗਿਆ, ਹੁਣ ਕੀ ਕਰਨਾ? ਉਹਨੇ ਆਖਿਆ ਪੁੱਤਰ ਹੁਣ ਕੰਮ ਕਰਨਾ ਹੈ, ਮਿਹਨਤ ਮਜ਼ਦੂਰੀ ਕਰਨੀ ਹੈ। ਆਪਣੇ ਕਿਸੇ ਦੋਸਤ ਨੂੰ ਕਹਿ ਕਿ ਤੇਰੀ ਹੈਲਪ ਕਰੇ ਤੇ ਤੂੰ ਕੋਈ ਮਜ਼ਦੂਰੀ ਕਰ, ਕੋਈ ਕਾਰੋਬਾਰ ਕਰ, ਤਾਂ ਕਿ ਸਾਡਾ ਜ਼ਿੰਦਗੀ ਗੁਜ਼ਾਰਨ ਦਾ ਕੋਈ ਆਸਰਾ ਹੋ ਜਾਏ। ਬੜਾ ਪਰੇਸ਼ਾਨ ਹੋਇਆ। ਹੈਰ ਇੱਕ ਦਿਨ, ਦੋ ਦਿਨ, ਚਾਰ ਦਿਨ, ਛੇ ਦਿਨ ਬਾਹਰ ਘਰੋਂ ਜਾਇ ਕਰੇ, ਦੋਸਤਾਂ 'ਚ ਬਹਿ ਕੇ, ਉਹ ਇੱਜ਼ਤ ਵੀ ਨਾ ਰਹੀ ਦੋਸਤਾਂ ਦੇ ਵਿੱਚ, ਘਰ ਆ ਜੇ ਕਰੇ। ਹੈਰ ਉਹਨੂੰ ਸਮਝਣੀ ਪਈ ਹੈ ਗੱਲ ਕਿ ਮਜ਼ਦੂਰੀ ਕਰਨੀ ਪੈਣੀ। ਆਪਣੇ ਦੋਸਤਾਂ ਨੂੰ ਕਿਹਾ, ਉਹਨੇ ਯਾਰ ਮੈਂ ਇੰਝ ਕਰਨਾ ਉਂਝ ਕਰਨਾ। ਉਹ ਦੋਸਤ ਉਹਦੇ 'ਤੇ ਹੈ ਹੀ ਨਹੀਂ ਸਨ, ਉਹ ਤੇ ਉਹਦੇ ਮਾਲ ਦੇ ਦੋਸਤ ਸਨ, ਘਰੋਂ ਉਹ ਲੈ ਜਾਂਦਾ ਸੀ, ਉਹਨਾਂ ਨੂੰ ਵੀ ਖਵਾਉਂਦਾ ਸੀ, ਆਪ ਵੀ ਖਾਂਦਾ ਸੀ, ਤੇ ਉਹ ਸਾਰੇ ਉਹਦੇ ਜਿਗਰੀ ਯਾਰ ਬਣੇ ਸਨ। ਬਾਪ ਨੂੰ ਆ ਕੇ ਕਹਿੰਦਾ ਕਿ ਮੇਰੇ ਸਾਰੇ ਦੋਸਤ ਮੇਰਾ ਸਾਥ ਛੱਡ ਗਏ ਨੇ, ਕੋਈ ਵੀ ਮੇਰੇ ਨਾਲ ਤੁਰਨ ਨੂੰ ਤਿਆਰ ਨਹੀਂ। ਬਾਪ ਨੇ ਕਿਹਾ ਬੇਟਾ ਐਸੇ ਵਾਸਤੇ ਤੈਨੂੰ ਸਮਝਾਉਂਦਾ ਰਿਹਾ ਕਿ ਦੋਸਤ ਵੀ ਬਣਾਓ ਤੇ ਨਸਲੀ ਬਣਾਓ। ਕਿਉਂ? ਜਿਹੜਾ ਨਸਲੀ ਦੋਸਤ ਹੈ ਉਹ ਨਿਮਤ 'ਚ ਵੀ ਸ਼ੁਮਾਰ ਹੁੰਦਾ, ਰਿਜ਼ਕ 'ਚ ਵੀ ਸ਼ੁਮਾਰ ਹੁੰਦਾ, ਤੇ ਜਿਹਨੇ ਆਰਾ ਲੰਘਦਾ ਹੀ ਦੋਸਤ ਬਣਾ ਲੈਣਾ ਉਹਨੇ ਮੁਸ਼ਕਿਲ ਟਾਈਮ ਕੀ ਕੰਮ ਆਉਣਾ। ਉਹ ਬੱਚਾ ਮਜ਼ਦੂਰੀ ਕਰਨ ਤੁਰ ਜਾਂਦਾ। ਪਿੱਛੋਂ ਮੀਆਂ ਬੀਬੀ ਸਲਾਹ ਕਰਦੇ ਨੇ ਕਿ ਇਹਨੂੰ ਹੁਣ ਪੂਰਾ ਸਬਕ ਦੇਣਾ ਹੈ, ਅਸਾਂ ਵੀ ਦੇਣਾ ਹੈ ਤੇ ਵਕਤ ਨੇ ਵੀ ਦੇਣਾ। ਪਹਿਲਾਂ ਵੀ ਅਸੀਂ ਇਹਨੂੰ ਸਬਕ ਦਿੰਦੇ ਰਹੇ, ਇਹਨੇ ਸਾਡਾ ਸਬਕ ਨਹੀਂ ਲਿਆ। ਉਹ ਆਪਸ ਦੇ ਵਿੱਚ ਸਲਾਹ ਕਰ ਲੈਂਦੇ ਨੇ। ਉਹ ਬੇਟਾ ਜਾਂਦਾ ਕਿਧਰੇ ਮਜ਼ਦੂਰੀ ਲੱਭਦੀ ਹੈ, ਪੂਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਆਉਂਦਾ, ਸ਼ਾਮ ਨੂੰ ਮਾਂ ਚੁੱਲ੍ਹੇ ਅੱਗੇ ਬੈਠੀ ਹੁੰਦੀ ਹੈ ਹਾਲੀ ਅੱਗ ਬਾਲ ਕੇ, ਕੋਈ ਚੀਜ਼ ਪੱਕ ਨਹੀਂ ਰਹੀ ਹੁੰਦੀ। ਆਂਦਾ ਮਾਂ ਜੀ ਮੈਂ ਸੁਬਹਾ ਦਾ ਕੰਮ ਤੇ ਗਏ ਆ ਤੇ ਤੁਸਾਂ ਕੋਈ ਚੀਜ਼ ਪਕਾਈ ਨਹੀਂ ਹੈ, ਤੁਹਾਨੂੰ ਪਤਾ ਨਹੀਂ ਸੀ ਮੈਂ ਆ ਕੇ ਖਾਣੀ। ਉਹਨੇ ਕਿਹਾ ਪੁੱਤਰ ਅੱਗੇ ਤੂੰ ਆਉਂਦਾ ਸੀ, ਦੁਨੀਆ ਦੀ ਹਰ ਚੀਜ਼, ਹਰ ਨਿਮਤ ਅੱਲਾਹ ਤਾਲਾ ਨੇ ਦਿੱਤੀ ਸੀ, ਜੋ ਵੀ ਹੁੰਦਾ ਸੀ ਪਕਾ ਕੇ ਮੈਂ ਤੇਰੇ ਵਾਸਤੇ ਰੱਖੇ ਆਉਂਦਾ ਸੀ, ਤੇ ਅੱਜ ਪੁੱਤਰ ਸ਼ਾਇ ਕੋ ਨਹੀਂ ਮੈਂ ਪਕਾਉਂਦੀ ਕੀ, ਮੈਂ ਤੇ ਦਿਨ ਦੀ ਐਸੀ ਇੰਤਜ਼ਾਰ 'ਚ ਬੈਠੀ ਹਾਂ ਕਿ ਤੂੰ ਕੋਈ ਚੀਜ਼ ਲੈ ਕੇ ਆਵੇ ਤੇ ਮੈਂ ਪਕਾਵਾਂ। ਉਹ 5 ਰੁਪਏ ਜਾਂ 10 ਰੁਪਏ ਉਸ ਟਾਈਮ ਦੀ ਜਿਹੜੀ ਉਹ ਮਜ਼ਦੂਰੀ ਕਰਦਾ ਆਪਣੀ ਮਾਂ ਨੂੰ ਦਿੰਦਾ, ਮਾਂ ਜੀ ਇਹਦੋ ਫਟੋ ਫਟ ਕੋਈ ਚੀਜ਼ ਲਿਆਓ ਤੇ ਇਹਨੂੰ ਪਕਾਓ। ਉਹ ਮਾਂ ਜੀ ਕੀ ਕਰਦੇ ਨੇ, ਉਹਦੀ ਮਜ਼ਦੂਰੀ ਵਾਲੇ ਪੈਸੇ ਫੜ ਕੇ ਉਹ ਅੱਗ ਬਲਦੀ ਹੁੰਦੀ ਉਹ ਚੁੱਲ੍ਹੇ ਦੇ ਵਿੱਚ ਸੁੱਟ ਦਿੰਦੇ ਨੇ। ਮੁੰਡਾ ਇੱਕ